ਕਾਂਗਰਸ ਦੇ ਪੂਰਪ੍ਰਦੇਸ਼ ਪ੍ਰਧਾਨ ਪ੍ਰਤਾਪ ਸਿੰਘ ਬਾਜਪਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਪੰਜਾਬ ਦੀ ਕਦਰੋਂ ਕੀਮਤੋਂ ਕੀ ਇੱਜ਼ਤ ਕਰਨੇ ਦੀ ਨਸੀਹਤ ਦੀ ਅਤੇ ਹਰ ਕੰਮ ਕੋ ਮੀਡੀਆ ਇਵੈਂਟ ਬਚਾਣੇ ਸ ਬਚਣੇ ਦੀ ਵੀ ਸਲਾਹ ਦਿੱਤੀ। ਕੱਲ ਚੰਡੀਗੜ੍ਹ ਦੇ ਵਿੱਚ ਤਕਰੀਬਨ 500 ਬੱਚਿਆਂ ਨੂੰ ਨਮੀਆਂ ਸਰਕਾਰੀ ਨੌਕਰੀਆਂ ਵੰਡਣ ਦਾ ਜਿਹੜਾ ਇੱਕ ਸਮਾਗਮ ਪੰਜਾਬ ਗਵਰਨਮੈਂਟ ਨੇ ਕੀਤਾ ਹੈ। ਉਹਦੇ ਵਿੱਚ ਮੈਨੂੰ ਬੜਾ ਅਫਸੋਸ ਹੋਇਆ ਵੇਖ ਕੇ। ਕਿ ਭਗਵੰਤ ਮਾਨ ਜੀ ਤੁਸੀਂ ਹਰ ਇਵੈਂਟ ਨੂੰ ਹਰ ਮੌਕੇ ਨੂੰ ਇੱਕ ਇਵੈਂਟ ਬਣਾ ਲੈਂਦੇ ਕੱਲ ਦੇ ਇਵੈਂਟ ਦੇ ਵਿੱਚ ਇੱਕ ਨੌਜਵਾਨ ਸਾਡੀ ਪੰਜਾਬ ਦੀ ਬੱਚੀ ਸ਼ੰਗਾਲਾਂ ਪਿੰਡ ਹੈ ਉਹਦਾ ਮਾਜਰੀ ਤਹਿਸੀਲ ਦੇ ਵਿੱਚ ਨਵੇਂ ਚੰ디ਗੜ੍ਹ ਦੇ ਕੋਲੇ ਪਿੰਡ ਪੈਂਦੇ ਨੇ ਉਸ ਨੌਜਵਾਨ ਬੱਚੀ ਕੋਲੋਂ ਇੱਕ ਪੋਲਿਟਿਕਲ ਏਜੈਂਡੇ ਦੇ ਸਿਸਟਮ ਦੇ ਨਾਲ ਕਿਉਂਕਿ ਉਹਨੂੰ ਵੀ ਨੌਕਰੀ ਮਿਲੀ ਸੀ ਸਮਝਾਇਆ ਗਿਆ ਕਿ ਤੁਸੀਂ ਬੇਟਾ ਆਹ ਗੱਲ ਕਹਿਣੀ ਹੈ ਸ਼ਾਮ ਨੂੰ ਹੀ ਸਰ ਹਰਪਾਲ ਸਿੰਘ ਨਾਂ ਦੇ ਇੱਕ ਪ੍ਰੋਫੈਸਰ ਹੈ ਨੇ ਜਿਹੜੇ ਇੱਕ ਟ੍ਰੇਨਿੰਗ ਵਾਸਤੇ ਸਿਮਲੇ ਗਏ ਹੋਏ ਨੇ ਉਹਨਾਂ ਨੇ ਵੀਡੀਓ ਕੱਲੀ ਹੈ ਜਿਹਦੇ ਵਿੱਚ ਉਹਨੇ ਭਗਵੰਤ ਮਾਨ ਜੀ ਨੂੰ ਕਿਹਾ ਕਿ ਕਿਰਪਾ ਕਰਕੇ ਭਗਵੰਤ ਮਾਨ ਜੀ ਪੰਜਾਬ ਦੀਆਂ ਕਦਰਾਂ ਕੀਮਤਾਂ ਜਿਹੜੀਆਂ ਨੇ ਉਹਨਾਂ ਦੀ ਖਦਰ ਕਰਿਆ ਕਰੋ ਬੱਚਿਆਂ ਨੂੰ ਸਿਆਸੀ ਆਪਣੇ ਫਾਇਦੇ ਵਾਸਤੇ ਉਹਨਾਂ ਵੈਸਟ ਮਾਲਿੰਗ ਕਰਨਾ ਚਾਹੀਦਾ ਉਹਨਾਂ ਕੰਪਲੀਟ ਲਿਸਟ ਦਿੱਤੀ ਹੈ ਕਿ ਜਿੱਥੇ ਬੱਚੀ ਕੋਲੋਂ ਇਹ ਖੋਇਆ ਗਿਆ ਕਿ ਕੱਲਾ ਉਸ ਪਿੰਡ ਦੇ ਵਿੱਚੋਂ ਦੋ ਤੇ ਨਹੀਂ ਬੱਚੇ ਪੜ ਕੇ ਨਿਕਲੇ ਨੇ ਸਾਹ ਹਰਪਾਲ ਸਿੰਘ ਨੇ ਇੱਕ ਕੰਪਲੀਟ ਫਰਿਸਟ 50 ਤੋਂ ਵੱਧ ਬੱਚਿਆਂ ਦੀ ਦਿੱਤੀ ਹੈ ਨੌਜਵਾਨ ਬੇਟੀਆਂ ਦੀ ਲੜਕੀਆਂ ਦੀ ਇੰਦੀ ਪਾਸ ਤੇ ਪ੍ਰੈਜ਼ੈਂਟ ਦੇ ਵਿੱਚ ਜਿਹੜੇ ਹਾਈਲੀ ਕੁਆਲੀਫਾਈਡ ਨੇ ਕੋਈ ਪ੍ਰੋਫੈਸਰ ਲੱਗੇ ਨੇ ਕੋਈ ਟੀਚਰਸ ਲੱਗੇ ਨੇ ਕੋਈ ਬੈਂਕ ਦੇ ਵਿੱਚ ਸਰਵਿਸਿਜ਼ ਕਰ ਕੋ ਗਵਰਨਮੈਂਟ ਸਰਵਿਸਿਜ਼ 'ਚ ਲੱਗੇ ਨੇ ਔਰ ਇਹ ਨੌਜਵਾਨ ਬੱਚੀ ਜਿਹੜੀ ਇਹ ਸਹ ਹਰਪਾਲ ਸਿੰਘ ਉਹਨਾਂ ਦੀ ਰਿਸ਼ਤੇਦਾਰ ਵੀ ਹੈ। ਤੋਂ ਮੈਂ ਜ਼ਰੂਰ ਕਵਾਂਗਾ ਭਗਵੰਤ ਮਾਨ ਜੀ ਰੁਕੇ ਕਿ ਕਿਰਪਾ ਕਰਕੇ ਸਭ ਭਗਵੰਤ ਜਿਹੜੀ ਹਰਪਾਲ ਸਿੰਘ ਜੀ ਦੀ ਵੀਡੀਓ ਵੀ ਵੇਖ ਲਓ। ਨੌਕਰੀਆਂ ਦੋ, ਨੌਕਰੀਆਂ ਵੰਡੋ। ਆਪਣੀ ਗਵਰਨਮੈਂਟ ਦਾ ਪ੍ਰਚਾਰ ਕਰੋ ਗੱਲ ਠੀਕ ਹੈ। ਬਟ ਉਹਨੂੰ ਈਵੈਂਟ ਬਣਾ ਕੇ ਨੌਜਵਾਨ ਬੱਚਿਆਂ ਦੀ ਜ਼ਰੂਰੀਆਤ ਨੂੰ ਇਸ ਸਾਬ ਚ ਨਾ ਇਸਤੇਮਾਲ ਕਰੋ ਕਿ ਪ੍ਰੋਪਾਗੈਂਡਾ ਮਸ਼ੀਨ ਨਾ ਬਣਾਓ। ਮੈਂ ਨਹੀਂ ਕਹਿਣਾ ਕਿ ਕਿਰਪਾ ਕਰਕੇ ਮੈਂ ਤੁਹਾਨੂੰ ਵੀਡੀਓ ਕਰ ਰਿਹਾ ਉਹਨੂੰ ਜ਼ਰੂਰ ਸੁਣ ਲਓ ਪੜ੍ਹ ਲਓ ਤੇ ਵੇਖ ਲਓ ਥੈਂਕ ਯੂ ਲੋਕਾਂ ਨੂੰ ਲੱਗਦਾ ਸੀ ਇੰਨਾ ਪੜਾਵਾਂਗੇ ਪੈਸਾ ਲਗਾਵਾਂਗੇ ਤਾਂ ਗਵਰਨਮੈਂਟ ਜੋਬ ਤਾਂ ਹੈ ਹੀ ਨਹੀਂ ਕਿਉਂਕਿ ਸਪਾਸਿ ਵਾਲੇ ਬੰਦੇ ਨੂੰ ਨੌਕਰੀ ਹੈ ਕਿਹੜਾ ਪਿੰਡ ਹੈ ਦੱਸਿਓ ਤੁਸੀਂ ਸੰਗਾਲਾ ਪਿੰਡ ਹੈ ਤੁਹਾਨੂੰ ਫਿਰ ਆ ਪੱਕਾ ਇੱਥੇ ਰਿਆਤ 12 ਚ ਫਲਾਣਾ ਬਿਲਕੁਲ ਬਹੁਤ ਸਾਰੇ ਤਾਂ ਇੱਥੇ ਨੇ ਕਰਨ ਬਿਲਕੁਲ ਸਰ ਇਸ ਲਈ ਤੁਹਾਡੇ ਪਿੰਡੋਂ ਕਿਉਂ ਨਹੀਂ ਆਉਂਦੇ ਬੱਚੇ ਅ ਸਰ ਕਿਉਂਕਿ ਉਹਨਾਂ ਨੂੰ ਐਵੇਂ ਲੱਗਦਾ ਕਿ ਕੁੜੀਆਂ ਨੂੰ ਜ਼ਿਆਦਾ ਨਹੀਂ ਪੜਾਉਣਾ ਚਾਹੀਦਾ ਮੇਰੇ ਖੁਦ ਦੇ ਸਾਡੇ ਰਿਸ਼ਤੇਦਾਰਾਂ ਨੂੰ ਸੀਗਾ ਕਿ ਇੰਨਾ ਪੜਾ ਕੇ ਕੀ ਕਰਨ ਆਪਣੇ ਜੋ ਆਪਾਂ ਕਮਾ ਰਹੇ ਆ ਤਾਂ ਉਹਨਾਂ ਨੂੰ ਸੰਭਾਲ ਕੇ ਰੱਖੀਏ ਆਪਣੇ ਜੋ ਸਾਡੇ ਮੁੰਡੇ ਨੇ ਉਹਨਾਂ ਵਾਸਤੇ ਇਹ ਵੀਡੀਓ ਬਣਾਉਣ ਦੀ ਜ਼ਰੂਰਤ ਮੈਨੂੰ ਇਸ ਕਰਕੇ ਪਈ ਕਿ ਮੇਰੇ ਪਿੰਡ ਦੀ ਕੁੜੀ ਜੋ ਕਿਸੇ ਸਭਾ 'ਚ ਹਾਜ਼ਰ ਸੀ ਜਿੱਥੇ ਮਾਨਯੋਗ ਮੁੱਖ ਮੰਤਰੀ ਸੀ ਉੱਥੇ ਇਸ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਕਿ ਮੇਰੇ ਪਿੰਡ ਵਿੱਚ ਜਿਹੜੇ ਮਾਪੇ ਨੇ ਉਹ ਕੁੜੀਆਂ ਨੂੰ ਬਿਲਕੁਲ ਨਹੀਂ ਪੜਾਉਂਦੇ ਕਿਉਂਕਿ ਉਹ ਮੁੰਡਿਆਂ ਨੂੰ ਪੜਾਉਣਾ ਇੱਕ ਵੱਡੀ ਇਨਵੈਸਟਮੈਂਟ ਸਮਝਦੇ ਨੇ ਮੈਂ ਇਹਦੇ ਬਾਰੇ ਕੁਝ ਗੱਲਾਂ ਇਹ ਕਰਾਂ ਕਿ ਮੈਂ ਪ੍ਰੋਫੈਸਰ ਪਾਲ ਸਿੰਘ ਬੋਲ ਰਿਹਾ ਤੇ ਹੁਣ ਵੀ ਮੈਂ ਸ਼ਿਮਲੇ ਵਿੱਚ ਇੰਡੀਅਨ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼ ਮੈਂ ਨੈਸ਼ਨਲ ਫੈਲੋ ਹਾਂ ਤੇ ਮੇਰੇ ਪਿੰਡ ਦੀਆਂ ਕੁੜੀਆਂ ਪਿਛਲੀ ਪੀੜ੍ਹੀ ਦੀਆਂ ਕੁੜੀਆਂ ਵਿੱਚੋਂ ਵੀ ਮੇਰੀ ਆਪਣੀ ਭੈਣ ਜਿਹੜੀ ਆ ਉਸਨੇ ਜੀਬੀਟੀ ਕਰਕੇ ਵਿਗਿਆਨੀ ਬੀਏਡ ਕਰਕੇ ਉਹ ਟੀਚਰ ਸਰਕਾਰੀ ਸਕੂਲ ਤੋਂ ਰਿਟਾਇਰ ਹੋਈ ਹੈ ਮੇਰੀ ਆਪਣੀ ਬੇਟੀ ਜਿਹੜੀ ਹੈ ਇਸਨੇ 20 ਸਾਲ ਪਹਿਲਾਂ 18 ਸਾਲ ਪਹਿਲਾਂ ਇਸਨੇ ਪੰਜਾਬ ਯੂਨੀਵਰਸਿਟੀ ਤੋਂ ਸਾਈਕੋਲੋਜੀ ਕਰਕੇ ਤੇ ਮੁੱਖ ਮੰਤਰੀ ਜੀ ਦੇ ਆਪਣੇ ਹਲਕੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰੀਜਨਲ ਸੈਂਟਰ 'ਚ ਉਹ ਸਾਈਕੋਲੋਜੀ ਦੀ ਪ੍ਰੋਫੈਸਰ ਹੈ ਤੇ ਕੁਲਦੀਪ ਸਿੰਘ ਨੇ ਉਹਨਾਂ ਦੀ ਬੇਟੀ ਜੱਜ ਦੀ ਰੀਡਰ ਹੈਗੀ ਰਕਵੀਰ ਸਿੰਘ ਦੀ ਬੇਟੀ ਨੇ ਮਾਸਟਰਸ ਕੀਤੀ ਆ ਮੇਰੇ ਆਪਣੇ ਚਾਚਾ ਜੀ ਦੇ ਬੇਟੇ ਨੇ ਅ ਅਵਤਾਰ ਸਿੰਘ ਉਹਨਾਂ ਦੀ ਬੇਟੀ ਨੇ ਪੰਜਾਬ ਨਸਤੀ ਤੋਂ ਮਾਸਟਰਸ ਕੀਤੀ ਆ ਰੈਗੂਲਰ ਡਿਪਾਰਟਮੈਂਟ ਤੋਂ ਤੇ ਜੱਗੀ ਨੇ ਉਹਨਾਂ ਦੀਆਂ ਬੇਟੀਆਂ ਪੜ੍ਹੀਆਂ ਨੇ ਅ ਇੱਥੇ ਮੁੱਲਾਪੁਰ ਕਾਰੋਬਾਰ ਕਰਦੇ ਨੇ ਹਰਪਾਲ ਸਿੰਘ ਮੇਰੇ ਨਾਮ ਵਾਲੀ ਸੱਜਣ ਨੇ ਉਹਨਾਂ ਦੀ ਬੇਟੀ ਨੇ ਸੋਸ਼ਲ ਵਰਕ ਦੀ ਮਾਸਟਰਸ ਕੀਤੀ ਹੈ ਐਮਏ ਕੀਤੀ ਪੰਜਾਬ ਯੂਨੀਵਰਸਿਟੀ ਤੋਂ ਤੇ ਉਸ ਬੜੇ ਇਜ਼ਜ਼ਤਦਾਰ ਅਹੁਦੇ ਤੇ ਇਸ ਵੇਲੇ ਲੱਗੀ ਹੋਈ ਹੈ ਤੇ ਸਰਦਾਰ ਸੇਵਾ ਸਿੰਘ ਦੀ ਪੋਤੀ ਹੈ ਉਸਨੇ ਕਾਮਰਸ ਕੀਤੀ ਹੈ ਤੇ ਬੈਂਕ ਚ ਕੈਸ਼ੀਅਰ ਹੈਗੀ ਉਹ ਤਾਂ ਇਸ ਤਰ੍ਹਾਂ ਹੋਰ ਵੀ ਕੁੜੀਆਂ ਹੋਣਗੀਆਂ ਜਿਨ੍ਹਾਂ ਦੇ ਨਾਮ ਮੈਨੂੰ ਇਸ ਵੇਲੇ ਯਾਦ ਨਹੀਂ ਆ ਰਹੇ ਇਸ ਕੁੜੀ ਨੇ ਇਹ ਕਹਿ ਕੇ ਬੜੀ ਤੋਹਫੀਨ ਕੀਤੀ ਹੈ ਸਾਰੇ ਪਿੰਡ ਦੀ ਹੀ ਨਹੀਂ ਕੀਤੀ ਇਹਨੇ ਆਪਣੇ ਆਪ ਦੀ ਵੀ ਕੀਤੀ ਤੇ ਮੈਨੂੰ ਦੁੱਖ ਨਾਲ ਇਹ ਕਹਿਣਾ ਪੈ ਰਿਹਾ ਹੈ ਕਿ ਕੁੜੀ ਮੇਰੇ ਆਪਣੇ ਚਾਚਾ ਜੀ ਦੀ پڑੋਤੀ ਆ ਇਸ ਨੂੰ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ ਸੀ ਤੇ ਇਹ ਜਿਹੜੀਆਂ ਗੱਲਾਂ ਮੈਂ ਕਹੀਆਂ ਹਨ ਮੁੱਖ ਮੰਤਰੀ ਜੀ ਇਹ ਸਾਰੀਆਂ ਗੱਲਾਂ ਨੂੰ ਦਰਿਆਪਤ ਕਰ ਲੈਣ ਵੈਰੀਫਾਈ ਕਰ ਲੈਣ ਤੇ ਫਿਰ ਇਸ ਕੁੜੀ ਨੂੰ ਬੁਲਾ ਕੇ ਇਹਨੂੰ ਨਾ ਝੂਠ ਬੋਲਣ ਦਾ ਡਾਂਡ ਦੇਣ ਕੋਈ ਇਨਾਮ ਦੇਣ ਦੀ ਗੱਲ ਨਹੀਂ ਹੈ ਜਿਸ ਤਰ੍ਹਾਂ ਦੇ ਮੂਡ ਵੀ ਸੀਗੇ ਮੁੱਖ ਮੰਤਰੀ ਵੀ ਇਸ ਕੁੜੀ ਨੂੰ ਤਾਂ ਮੈਂ ਇਨਾਮ ਦਵਾਂ ਕਿ ਪਿੰਡ ਦੀ ਪਹਿਲੀ ਕੁੜੀ ਪੜ੍ਹੀ ਆ आ जाता है हिंदुस्तान में किसी भी बीमारी का इलाज करवाना बहुत मुश्किल बहुत महंगा गलत आप फाउंडेशन के मेंबर बनाओ बाइट मेडिकल कॉलेज एंड हॉस्पिटल आने वाले पांच साल तक आपका पूरा इलाज फ्री करेगा धन्यवाद